ਉਹਨਾਂ ਨੇ ਸਾਰੀਆਂ ਬਰਾਂਡ ਕਾਟੀ ਵਾਲੀ ਤੇ ਮੇਰੇ ਝਾਲੀ ਦਾ ਵੀ ਇੰਨਾ ਗੁੱਸਾ ਚਾਵਿਆ ਸੀ ਵੀ ਅੱਜ ਤਾਂ ਵੀ ਗੁੱਸੇ ਹੋਏ। ਅੱਜ ਨਾ ਤੁਹਾਨੂੰ ਅਲੀ ਦਾ ਨਾ ਇੱਕ ਨਾ ਪੰਗਾ ਦਿਖਾਉਣਾ, ਕਹਿੰਦਾ ਨਾ ਇਹ ਲਾਇਆ ਵਾ ਬੂਟਾ ਕਾਹਦਾ ਲਾਇਆ ਸੀਗਾ ਆਜ। ਅਲੀਰੇ ਤਾਂ ਗੁੱਡੀ ਕਰਨ ਦੇ ਆ ਮੇਰੇ ਪੁੱਤ, ਹੈਂ ਇਹਨੂੰ ਨਾ ਹਲਕੀ ਜਿਹੀ ਖਾਦ ਪਾ ਕੇ ਨਾ ਅਤੇ ਉਹ ਕਰ ਦਈਏ, ਠੀਕ ਹੈ ਨਾ, ਪਾਣੀ ਲਾ ਦੀ, ਹੋ ਗਈ ਗੋਡੀ ਹੁਣ। ਚਲੋ ਤੁਸੀਂ ਹੁਣ ਝੂਟ ਲੈਣੇ ਬਾਸ਼ ਕਰੋ, ਹੈਂ ਹਾਂ ਤਿਆਰੀ ਕਰ ਲਈ, ਚਲੋ ਤਿਆਰੀ ਕਰ ਲਈ ਤਾਂ ਬਾਸ਼ ਕਰੋ ਝੂਟੇ, ਚਲੋ ਨਿਕਲੋ ਪੀਂਗ ਚੋ, ਸ਼ਾਬਾਸ਼। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕਮ। ਉਮੀਦ ਕਰਦਾ ਮੇਰੇ ਭੈਣ ਭਾਈ ਸਾਰੇ ਠੀਕ ਹੋਣਗੇ, ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ, ਸ਼ਾਦੋ ਬਾਦ ਰੱਖੇ, ਹਾਰ ਆਉਣ ਵਾਲੇ ਦੁੱਖ ਤਕਲੀਫ ਤੋਂ ਨਿਜਾਤ ਦੇ। ਇਸੇ ਪਿਆਰੀ ਸੇ ਦੁਆ ਨਾਲ ਅੱਜ ਦੀ ਵੀਡੀਓ ਕਰਦੇ ਹਾਂ ਸਟਾਰਟ। ਅਤੇ ਸਭ ਤੋਂ ਪਹਿਲੇ ਅੱਜ ਜੁੰਮੇ ਦਾ ਦਿਨ ਆ, ਸਭ ਮੇਰੇ ਭੈਣ ਭਾਈਆਂ ਨੂੰ ਮੇਰੀ ਤਰਫੋਂ, ਮੇਰੀ ਫੈਮਿਲੀ ਦੀ ਤਰਫੋਂ ਜੁੰਮਾਤੁਲ ਮੁਬਾਰਕ। ਅਤੇ ਅੱਛਾ ਜੀ, ਇੱਕ ਛੋਟੀ ਜਿਹੀ ਰਿਕੁਐਸਟ ਵੀ ਇੱਥੇ ਕਿ ਸਭ ਭੈਣ ਭਾਈਆਂ ਨੇ, ਜਿੰਨੀ ਮੇਰੀ ਔਡੀਅੰਸ ਦੇਖਣ ਵਾਲੀ ਆ, ਸਭ ਨੇ ਦੁਆ ਕਰਨੀ ਆ ਕਿ ਇੱਕ ਸਾਡੀ ਭੈਣ ਆ ਫੈਸਲਾਬਾਦ ਤੋਂ, ਉਹਨਾਂ ਦੇ ਵਾਲਦ ਸਾਹਿਬ ਇਸ ਦੁਨੀਆ ਤੋਂ ਚਲੇ ਗਏ ਆ, ਅੱਲਾਹ ਤਾਲਾ ਉਹਨਾਂ ਜੰਨਤ ਫਰਦੋਸ ਵਾਲਾ ਮਕਾਮ ਅਤਾ ਫਰਮਾਵੇ। ਅੱਲਾਹ ਤਾਲਾ ਇਸ ਜੁਮੇ ਦੇ ਸਦਕੇ ਜੋ ਵੀ ਇਸ ਦੁਨੀਆ ਤੋਂ ਚਲੇ ਗਏ ਉਹਨਾਂ ਨੂੰ ਜੰਨਤ ਫਰਦੋਸ ਵਾਲਾ ਮਕਾਮ ਅਤਾ ਫਰਮਾਵੇ, ਜਿਹੜੇ ਬੇ ਔਲਾਦ ਅੱਲਾਹ ਤਾਲਾ ਉਹਨਾਂ ਨੂੰ ਨੇਕ ਸਾਲੀ ਔਲਾਦ ਤਾ ਫਰਮਾਵੇ, ਜਿਹੜੇ ਬੇਰੋਜ਼ਗਾਰ ਅੱਲਾਹ ਤਾਲਾ ਰਿਜ਼ਕ ਤਾ ਫਰਮਾਵੇ, ਔਰ ਜਿਹੜੇ ਬਿਮਾਰ ਆ ਅੱਲਾਹ ਤਾਲਾ ਉਹਨਾਂ ਨੂੰ ਸ਼ਿਫਾਏ ਕਾਮਲ ਅਤਾ ਫਰਮਾਵੇ। ਇਸੇ ਤਰ੍ਹਾਂ ਹੀ ਇੱਕ ਸਾਡੀ ਆਪੀ ਆ ਯੂਕੇ ਦੇ ਵਿੱਚੋਂ, ਉਹਦੇ ਵਾਸਤੇ ਵੀ ਦੁਆ ਕਰਨੀ ਕਿ ਅੱਲਾਹ ਤਾਲਾ ਉਹਨੂੰ ਵੀ ਕਿਤੇ ਨਵਾਂ, ਉਹਦੀ ਜਿਹੜੀ ਯੂਕੇ ਵਾਲੀ ਮੇਰੀ ਭੈਣ ਆ ਉਹਨੂੰ ਵੀ ਅੱਲਾਹ ਤਾਲਾ ਤੰਦਰੁਸਤੀ ਦੇਵੇ, ਸਿਹਤ ਦੇਵੇ, ਅੱਲਾਹ ਤਾਲਾ ਉਹਨੂੰ ਆਪਣੇ ਇਮਾਨ 'ਚ ਰੱਖੇ, ਠੀਕ ਹੈ। ਅਤੇ ਅੱਛਾ ਜੀ, ਅੱਲਾਹ ਖੈਰ ਕਰੇ, ਉੱਠੇ ਵਾਂ ਹੁਣ ਜੁੰਮੇ ਦਾ ਟਾਈਮ ਵੀ ਹੋ ਰਿਹਾ ਵਾ, ਤਿਆਰੀ ਸ਼ਿਆਰੀ ਸਾਰੀ ਹੋ ਗਈ ਵਾ ਬੱਚਿਆਂ ਦੀ, ਸਭ ਨੂੰ ਰੈਡੀ ਕਰ ਛੱਡਿਆ, ਤਿਆਰੀ ਹੋ ਗਈ। ਚਲੋ ਪੁੱਪੋ ਨੂੰ ਸ਼ਾਮ 'ਤੇ ਕਰ ਲਓ। ਕੈਸੇ ਹੋ? ਨਹੀਂ ਗੁਲਾਮ ਮਸੇ ਪੁੱਪੋ ਪੁੱਛ ਰਹੀ ਥੀ, ਕੈਸੇ ਹੋ? ਠੀਕ ਹੋ? ਅੱਛਾ ਚਲੋ ਸਹੀ ਹੈ। ਅੱਛਾ ਜੀ, ਨਾਸ਼ਤਾ ਮੇਰਾ ਤਿਆਰ ਹੋ ਗਿਆ, ਨਾਸ਼ਤਾ ਕੀ ਦੁਪਹਿਰ ਦਾ ਖਾਣਾ ਹੀ ਹੁਣ ਹੋ ਗਿਆ, ਉਧਰੋਂ ਜੁੰਮੇ ਦਾ ਟਾਈਮ ਹੀ ਹੋ ਰਿਹਾ। ਹਾਂਜੀ ਬਸ ਨਾਸ਼ਤਾ ਕਰਨਾ ਵਾ ਅਤੇ ਨਾਸ਼ਤਾ ਕਰਕੇ ਅਤੇ ਦਸਤੀ ਜੁੰਮੇ ਦੀ ਤਰਫ ਨਿਕਲ ਜਾਣਾ ਵਾ, ਠੀਕ ਹੈ, ਜੁੰਮਾ ਪੜਨ ਵਾਸਤੇ। ਹਾਂਜੀ ਸਫ਼ਾ ਮਿੰਦੇ ਸਫ਼ਾ ਮਿੰਦੇ। ਅੱਛਾ ਜੀ, ਨਾਸ਼ਤਾ ਕਰ ਲਿਆ, ਅੱਲਾਹ ਖੈਰ ਕਰੇ, ਚਲੀਏ ਗੁਲਾਮ ਮੁਹੰਮਦ। ਚਲੋ ਅੱਛਾ, ਅੱਲਾਹ ਖੈਰ ਕਰੇ, ਚੱਲਦੇ ਹੁਣ ਜੁੰਮਾ ਪੜਨ ਵਾਸਤੇ, ਜੁੰਮੇ ਦੀ ਤਿਆਰੀ ਹੋ ਗਈ ਵਾ ਤੇ ਨਾਸ਼ਤਾ ਵੀ ਕਰ ਲਿਆ, ਨਾਸ਼ਤੇ ਦਾ ਆਪੇ ਹੁਣ ਸ਼ਾਹ ਹਾਂਜੀ ਚਲੋ ਤੁਸੀਂ ਸੈੱਟ ਕਰੋ ਤੇ ਅਸੀਂ ਜੁੰਮਾ ਪੜ ਆਈਏ, ਚੱਲੀ ਅਲੀ ਰਜ਼ਾ, ਚਲੋ ਖੋਲੋ ਗੇਟ, ਗੇਟ ਖੋਲੋ ਮੇਰਾ ਪੁੱਤ, ਸ਼ਾਬਾਸ਼। ਅੱਲਾ ਫੀਰ
ਚੱਲ ਅਲਹਮਦੁਲਿਲਾ ਜੁਮਾ ਪੜ੍ਹ ਕੇ ਘਰ ਪਹੁੰਚ ਚੁੱਕੇ ਆ। ਚੱਲ ਦਰਵਾਜ਼ਾ ਖੁਲਵਾ ਜਿਹੜਾ। ਬੇਟਾ ਬੰਦ ਕਰ ਦੋ ਦਰਵਾਜ਼ਾ। ਮਾਸ਼ਾਅੱਲਾ ਜੀ ਅਲਹਮਦੁਲਿਲਾ ਪੜ੍ਹ ਕੇ ਅੱਲਾ ਪਿਆਰ ਕਰੇ ਅਤੇ ਆਉਂਦਾ ਜੀ ਪੀਂਘ ਦੇ ਦੁਆਲੇ। ਗੁਲਾਮ ਮੁਹੰਮਦ ਹੈ ਕਿਹੜੇ ਕੰਮ ਸ਼ਾਮ ਕੀ ਕੀਤਾ ਪਹਿਲੇ ਮੰਮਾ ਨਾਲ ਹੈਂ? ਅਸਲਾਮ ਵਾਲੇਕਮ। ਵਾਲੇਕਮ ਸਲਾਮ। ਹਾਂਜੀ ਕੀ ਕਰੀ ਜਾਂਦੇ? ਬਰਤਨ ਧੋ ਰਹੇ? ਹਾਂਜੀ ਮੈਂ ਕਿਹਾ ਬਰਤਨ ਧੋ ਲਵਾਂ ਕਿਉਂਕਿ ਬੱਚਿਆਂ ਨੇ ਵੀ ਖਾਣਾ ਵਗੈਰਾ ਉਸ ਟਾਈਮ ਤੇ ਦੁਬਾਰਾ ਖਾ ਲਿਆ ਸੀ ਦੁਪਹਿਰ ਦਾ। ਅੱਛਾ ਬਰਤਨ ਧੋ। ਚਲੋ ਮੈਨੂੰ ਸਭ ਤੋਂ ਪਹਿਲੇ ਹੈ ਨਾ ਹਾਂਜੀ ਮੈਨੂੰ ਦਵਾਈ ਦੇ ਦਿਓ। ਅੱਛਾ ਠੀਕ ਹੈ, ਬਲਕਿ ਤੁਸੀਂ ਦੋਵੋ ਬਰਤਨ ਅਲੀ ਰਜ਼ਾ ਨੂੰ ਰਜ਼ਾ ਤੂੰ ਮੈਨੂੰ ਪੁੱਤ ਦਵਾਈ ਦੇ ਫਿਰ ਹੈਂ। ਚਲੋ ਅੱਛਾ ਅੱਲਾ ਖੈਰ ਕਰੇ। ਔਰ ਅਲਹਮਦੁਲਿਲਾ ਜੁਮਾ ਪੜ੍ਹਿਆ ਔਰ ਜੁਮਾ ਪੜ੍ਹ ਕੇ ਸਭ ਭੈਣ ਭਾਈਆਂ ਵਾਸਤੇ ਦੁਆ ਕੀਤੀ। ਔਰ ਜਿਸ ਤਰ੍ਹਾਂ ਕਿ ਮੈਂ ਪਹਿਲੇ ਸ਼ੁਰੂਆਤ 'ਚ ਦੱਸਿਆ ਵਾ ਕਿ ਇੱਕ ਸਾਡੀ ਭੈਣ ਆ ਫੈਸਲਾਬਾਦ ਤੋਂ, ਉਹਨਾਂ ਵਾਸਤੇ ਮੇਰੇ ਭੈਣ ਭਾਈਆਂ ਨੇ ਵੀ ਸਭ ਨੇ ਦੁਆ ਕਰਨੀ ਆ ਕਿ ਅੱਲਾਹ ਤਾਲਾ ਉਹਨਾਂ ਦੇ ਵਾਲਦ ਸਾਹਿਬ ਨੂੰ ਜੰਨਤ ਫਿਰਦੌਸ ਆਲਾ ਮੁਕਾਮ ਅਤਾ ਫਰਮਾਵੇ। ਅਸੀਂ ਵੀ ਦੁਆ ਕੀਤੀ ਆ, ਤੁਸੀਂ ਵੀ ਦੁਆ ਕਰਨਾ। ਔਰ ਜੋ ਇਸ ਦੁਨੀਆ 'ਤੇ ਬੇਔਲਾਦ ਅੱਲਾਹ ਤਾਲਾ ਨੇ ਇੱਕ ਸਾਰੀ ਔਲਾਦ ਤਾ ਫਰਮਾਵੇ। ਜਿਹੜੇ ਬਿਮਾਰ ਆ ਅੱਲਾਹ ਤਾਲਾ ਆਪਣੇ ਕਾਲੀ ਕਮਲੀ ਵਾਲੇ ਦੇ ਸਦਕੇ, ਪੰਜਾਂ ਅਤੇ ਬਾਰ੍ਹਾਂ ਦੇ ਸਦਕੇ ਅੱਲਾਹ ਤਾਲਾ ਉਹਨਾਂ ਨੂੰ ਸ਼ਿਫਾਏ ਕਾਮਲਾ ਅਤਾ ਫਰਮਾਏ। ਜੋ ਇਸ ਦੁਨੀਆ ਤੋਂ ਚਲੇ ਗਏ ਆ ਅੱਲਾਹ ਤਾਲਾ ਉਹਨਾਂ ਜਨਮ ਫਿਰਦੌਸ ਆਲਾ ਮੁਕਾਮ ਅਤਾ ਫਰਮਾਵੇ। ਅੱਛਾ ਜੀ ਹੁਣ ਮੈਡੀਸਨ ਦਾ ਟਾਈਮ ਆ, ਹੁਣ ਮੈਂ ਖਾ ਲਵਾਂ ਮੈਡੀਸਨ ਕਿਉਂਕਿ ਮੈਂ ਇਹਨਾਂ ਨਾਸ਼ਤਾ ਕਰਕੇ ਦੱਸੀ ਇਹਨਾਂ ਮਸਲਾਂ ਨਾਸ਼ਤਾ ਮੇਰਾ ਅੱਜ ਲੇਟ ਹੀ ਹੋਇਆ ਵਾ, ਨਾਸ਼ਤਾ ਕਰਕੇ ਮੈਂ ਦੱਸੀ ਚਲਾ ਗਿਆ ਸੀਗਾ ਜੁਮਾ ਪੜ੍ਹਨ ਵਾਸਤੇ। ਅਤੇ ਹੁਣ ਮੈਡੀਸਨ ਸਭ ਤੋਂ ਪਹਿਲੇ ਨਾ ਮੈਡੀਸਨ ਖਾ ਲਵਾਂ ਕਿਉਂਕਿ ਲੇਟ ਹੋ ਗਿਆ ਵਾ ਅੱਜ ਵੈਸੇ ਵੀ। ਜਿਹੜੇ ਮੈਡੀਸਨ ਖਾਂਦੇ ਉਹਨਾਂ ਨੂੰ ਪਤਾ ਅੱਲਾਹ ਤਾਲਾ ਇਹਨਾਂ ਦਵਾਈਆਂ ਤੋਂ ਜਾਨ ਛਡਾ ਦੇਵੇ। ਇੰਨਾ ਬੜਾ ਸ਼ਾਪਰ ਭਰ ਕੇ ਜਿਹੜਾ ਖਾਣਾ ਵਕਤੇ ਵਕਤੇ ਲਗਾ ਅੱਲਾਹ ਤਾਲਾ ਨਾਲ ਜੋ ਵੀ ਜਿੰਨੇ ਵੀ ਬਿਮਾਰ ਅੱਲਾਹ ਤਾਲਾ ਮੈਨੂੰ ਇਹ ਦੁਆ ਵਾਪਿਸ ਪਾਏ ਕਾਮ ਲੈਂਦਾ। ਮੈਂ ਨਾ ਮਾਸ਼ਾਅੱਲਾ ਬਰਤਨ ਧੋ ਕੇ ਜਾਂ ਕੱਪੜੇ ਵੀ ਧੋਣੇ ਹੋਏ, ਜੋ ਕੁ ਸੂਟ ਮੈਂ ਕਿਹਾ ਧੋ ਲਵਾ ਅਤੇ ਅਜੀ ਜੀ ਸਾਡੇ ਪਾਪਾ ਦਾ ਇੱਕ ਸੂਟ ਵਿੱਚ ਬੱਚਿਆਂ ਦੀਆਂ ਪੈਂਟਾਂ ਸੀਗੀਆਂ। ਅਤੇ ਤੁਸੀਂ ਕੀ ਕਰਨ ਲੱਗੇ ਬੇਟਾ? ਨਹੀਂ ਚੱਲੇ? ਚਲੋ ਠੀਕ ਆ, ਰੈਡੀ ਹੋ ਗਏ? ਅਲੀ ਉਹਦਾ ਵੀ ਰੈਡੀ ਹੋ ਗਿਆ? ਹਾਂਜੀ ਚਲੋ ਠੀਕ ਆ, ਤੁਸੀਂ ਕਿਤੇ ਪੜ੍ਹਿਓ ਅਤੇ ਮੈਂ ਕੱਪੜੇ ਧੋ ਕੇ ਸੁਣਾ ਸੁਣਾ ਦਿਆ। ਠੀਕ ਅੱਛਾ, ਸੋਹਣਾ ਸੋਹਣਾ ਪੜ੍ਹ ਕੇ ਆਈਓ। ਅੱਛਾ ਹਾਂਜੀ ਠੀਕ ਹੈ ਨਾ ਸਰ। ਗੁਲਾਮ ਮੁਹੰਮਦ ਸਾਹਿਬ ਤੁਸੀਂ ਵੀ ਕੰਮ ਲਿਖਣਾ ਸਿੱਖ ਜਾਓ ਜਲਦੀ ਜਲਦੀ। ਠੀਕ ਹਾਂ, ਨਾਲੇ ਮੇਰਾ ਬੇਟਾ ਸੁਣੋ ਕਿ ਮੈਂ ਪੜ੍ਹਿਆ ਕਰ। ਠੀਕ ਹੋ ਅਤੇ ਟੀਚਰ ਸ਼ਾਬਾਸ਼ ਦਿੰਦੀ। ਹਾਂ ਜੀ ਕਹਿੰਦਾ ਟੀਚਰ ਨਾਲੇ ਸਟਾਰ ਵੀ ਦਿੰਦੀ ਹੈ ਬੇਟੇ ਮੇਰੇ ਬੇਟੇ ਨੂੰ ਨਾ। ਹਾਂ ਕਹਿੰਦਾ ਇੱਕ ਇਸ ਤਰਫ ਦਿੰਦੀ ਸਟਾਰ, ਇੱਕ ਇਸ ਤਰਫ ਇਹ ਕਹਿ ਰਹੇ ਨਾ। ਹਾਂਜੀ ਮਾਸ਼ਾਅੱਲਾ ਮੇਰਾ ਬੇਟਾ ਜਦੋਂ ਪੜ੍ਹ ਕੇ ਆਉਂਦਾ ਨਾ ਅੱਛਾ ਅੱਛਾ ਪੜ੍ਹਦਾ, ਟੀਚਰ ਨਾ ਬੱਚਿਆਂ ਦੀ ਹੌਸਲਾ ਅਫਜ਼ਾਈ ਵਾਸਤੇ ਉਹਨਾਂ ਸਟਾਰ ਵਗੈਰਾ ਦਿੰਦੇ। ਚ ਆਪਣੇ ਸਕੂਲ ਮੈਂ ਝੂਲੇ ਵੀ ਲੱਗੇ ਹੋਏ ਆ, ਛੋਟੇ ਬੱਚਿਆਂ ਵਾਸਤੇ ਝੂਲੇ ਵੀ ਲਗਾਏ ਅਤੇ ਉਹਨਾਂ ਨੇ ਟੀ ਵੀ ਰੱਖਿਆ ਛੋਟਾ ਜਿਹਾ ਨਾ, ਵੀ ਐਲ ਸੀ ਡੀ ਰੱਖੀ, ਉਹਦੇ 'ਚ ਕਾਰਟੂਨ ਵਗੈਰਾ ਲਗਾ ਕੇ ਬੱਚਿਆਂ ਨੂੰ ਦੇ ਦਿੰਦੇ ਕਿਉਂਕਿ ਬੱਚੇ ਪੜ੍ਹਨਾ ਲਿਖਣਾ ਸੀਖ ਜਾਵੇ। ਵੀ ਏ ਬੀ ਸੀ ਲਿਖੀ ਹੁੰਦੀ ਆ ਉਹਦੇ 'ਚ ਪੜ੍ਹਨ ਵਾਸਤੇ, ਏ ਬੀ ਸੀ ਹੁੰਦੀ ਆ, ਵੀ ਗਿਣਤੀ ਵਗੈਰਾ ਸਭ ਕੁਛ ਹੁੰਦਾ ਵਾ, ਹੈ ਨਾ। ਟੀ ਵੀ ਬੱਚੇ ਦੇਖ ਦੇਖ ਕੇ ਨਾਲੇ ਖੁਸ਼ ਹੋ ਕੇ ਪੜ੍ਹੀ ਜਾਂਦੇ ਨਾਲੇ ਸਿੱਖੀ ਜਾਂ।
ਚਲੋ ਠੀਕ ਹੈ, ਮੇਰਾ ਬੇਟਾ ਪੜ੍ਹ ਕੇ ਆਈ, ਠੀਕ ਹੈ ਨਾ, ਸੋਹਣਾ ਸੋਹਣਾ ਤੁਸੀਂ ਲਿਖ ਕੇ ਆਉਣਾ, ਸ਼ਾਬਾਸ਼। ਅੱਛਾ ਜੀ, ਮਾਸ਼ਾਅੱਲਾ ਸ਼ਾਮ ਦੇ ਖਾਣੇ ਦਾ ਇੰਤਜ਼ਾਮ ਹੋ ਰਿਹਾ ਵਾ, ਅਤੇ ਅੱਜ ਬਣੇਗਾ ਜੀ ਚਾਵਲ। ਚਾਵਲ ਬਣਨ ਲੱਗੇ ਵਾ ਬੱਚਿਆਂ ਦੀ ਫਰਮਾਇਸ਼ ਦੇ ਉੱਤੇ। ਚਲੋ ਅੱਲਾ ਖੈਰ ਕਰੇ। ਬਿਰਿਆਨੀ ਮਸਾਲਾ ਇਹ ਵੀ ਮੰਗਾਇਆ, ਚਲੋ ਸਹੀ ਹੋਗਾ। ਅਤੇ ਬੱਚੇ ਕਿਉਂਕਿ ਪੜ੍ਹਨ ਗਏ ਵਾ ਅਤੇ ਬੱਚੇ ਵੀ ਉਨੀ ਦੇਰ ਨੂੰ ਆ ਜਾਂਦੇ ਵਾ। ਸਾਰੇ ਪਕਾਉਂਗੇ ਜਾਂ ਅੱਧੇ ਪਕਾਉਂਗੇ? ਮਿਹਨਤ ਲੱਗੀ ਆ। ਅੱਛਾ, ਮਿਹਨਤ ਲੱਗੀ। ਮੈਂ ਕਿਹਾ ਸਾਰੇ ਪਕਾਉਂਗੇ ਜਾਂ ਅੱਧੇ ਪਕਾਉਂਗੇ? ਦੇਖਦੇ, ਮੈਂ ਤਾਂ ਕਹਿੰਦੀ ਇੱਕ ਹੀ ਮੱਗਾ ਹੀ ਕਾਫੀ ਆ, ਬਹੁਤ ਹੈਗਾ। ਹੈ ਇੱਕ ਮੱਗਾ ਕਾਫੀ ਆ ਬਸ। ਪਕਾ ਲਾ, ਕੋਈ ਆ ਹੀ ਜਾਂਦਾ ਫਿਰ। ਚਲੋ ਹਾਂ, ਉਧਰ ਤਾਂ ਮਾਸ਼ਾਅੱਲਾ ਚਾਵਲ ਲਿਆ ਕੇ ਮੈਨੂੰ ਦੇ ਕੇ ਆਪ ਪੜਨ ਗਿਆ। ਚਲਾ ਹੁਣ ਮਾਸ਼ਾਅੱਲਾ ਕਹਿੰਦਾ ਮੰਮਾ ਮੇਰੇ ਆਉਣ ਦੀ ਕਰੋ, ਜਲਦੀ ਜਲਦੀ ਚਾਵਲ ਬਣਾ ਦਿਓ। ਚਲੋ ਸਹੀ ਆ, ਅੱਲਾ ਖੈਰ ਕਰੇ। ਅੱਛਾ ਜੀ, ਚਾਵਲ ਬਣਦੇ ਵਾ ਅਤੇ ਉਨੀ ਦੇਰ ਨੂੰ ਬੱਚੇ ਵੀ ਆ ਜਾਂਦੇ ਵਾ, ਕਿਉਂਕਿ ਉਹਨਾਂ ਨੇ ਹਲੇ ਲੇਟ ਹੀ ਆਉਣਾ ਵਾ। ਉਹਨਾਂ ਨੇ ਉੱਥੋਂ ਪੜ੍ਹ ਕੇ ਫਿਰ ਉਹਨਾਂ ਨੇ ਸਪਾਰਾ ਵੀ ਪੜ੍ਹਨ ਜਾਣਾ ਵਾ, ਸਪਾਰਾ ਪੜ੍ਹ ਕੇ ਅਤੇ ਫਿਰ ਹੀ ਆਉਣਗੇ ਇੱਕੋ ਵਾਰੀ। ਅਤੇ ਕਿੱਦਾਂ ਨਵਾਂ ਚਾਵਲ ਤਿਆਰ ਹੁੰਦੇ ਆ? ਅੱਜ ਜਮੀ, ਹਾਂ ਜਲਦੀ। ਸੱਚ ਇੱਕ ਨਾ ਚੂਚੇ ਸਾਨੂੰ ਬਹੁਤ ਤੰਗ ਕੀਤੀ ਖੜੇ ਵਾ, ਚੂਚੇ ਲੈ ਲਿਆ ਗੁਲਾਮ ਮੁਹੰਮਦ ਨੇ। ਅਤੇ ਉਹ ਦੇਖੋ ਅਲੀ ਦੀਆਂ ਨਾ ਮੱਚਾਂ ਜਿਹੜੀਆਂ ਨਾ ਵਿਚਾਰੀਆਂ, ਉਹ ਲੱਗਦੇ ਫੁੱਲ ਉਹ ਤੋੜ ਤੋੜ ਕੇ ਨਾ ਖਾਧੀ ਰੱਖਦੇ ਵਾ। ਉਹਨਾਂ ਨੇ ਸਾਰੀਆਂ ਬਰਾਂਡ ਕਰਤੀ ਅਲੀ ਦੇ ਮਿਰਚ, ਅਲੀ ਦਾ ਵੀ ਇੰਨਾ ਗੁੱਸਾ ਚਾ ਰਿਹਾ ਸੀ ਅੱਜ ਤੱਕ ਗੁੱਸੇ ਹੋ ਰਹੇ। ਅੱਜ ਨਾ ਤੁਹਾਨੂੰ ਅਲੀ ਦਾ ਨਾ ਇੱਕ ਨਾ ਪੰਗਾ ਦਿਖਾਉਣਾ। ਕਹਿੰਦਾ ਨਾ ਇਹ ਲਾਇਆ ਵਾ ਬੂਟਾ, ਕਾਹਦਾ ਲਾਇਆ ਸੀਗਾ? ਆਹ ਜਿਹੜਾ ਟਮਾਟਰਾਂ ਦਾ ਬੂਟਾ ਲਾਇਆ, ਕਹਿੰਦਾ ਇਹਦੇ ਨਾ ਵਿੱਚ ਨਾ ਜਾਣ ਚੂਚੇ, ਇਹਨੂੰ ਨਾ ਖਾਣ। ਮੈਂ ਕਿਹਾ ਇਹ ਕੀ ਕਰਨ ਦਿਆ ਵਾ? ਕਹਿੰਦਾ ਇਹ ਨਾ ਮੈਂ ਆਲੇ ਦੁਆਲੇ ਨਾ ਇਹਦਾ ਨਾ ਉਹ ਵਾੜਾ ਜਿਹਾ ਘਰ ਬਣਾਉਣ ਲੱਗਾ, ਘਰ ਉਹਦਾ। ਹੁਣ ਨਾ ਮੈਂ ਦਿਖਾਉਂਦਾ ਵਾ ਕਿ ਇਹਨੇ ਘਰ ਕਿਸ ਤਰ੍ਹਾਂ ਬਣਾਇਆ ਉਹਦਾ। ਇਹ ਦੇਖੋ ਜੀ ਘਰ ਇਹਨੇ ਬਣਾਇਆ ਅਲੀ ਰਜ਼ਾ ਨੇ, ਮੈਂ ਸਾਈਡ 'ਤੇ ਨਾ ਵਲ ਕੇ ਨਾ, ਅਤੇ ਉਹ ਜਿਹੜੇ ਉੜੇ ਦੇ ਨਾਲ ਕਿਹੜਾ ਚੂਚੇ ਉੱਤੋਂ ਦੀ ਟੱਪ ਨਹੀਂ ਸਕਦੇ ਹੈਗੇ। ਇਹ ਦੇਖੋ ਨਿੱਕਾ ਜਿਹਾ ਨਾ ਰੱਖ ਕੇ ਨਾ ਸਾਈਡ 'ਤੇ, ਕਿ ਉੱਤੋਂ ਦੀ ਟੱਪ ਕੇ ਵਿੱਚ ਜਾ ਹੀ ਸਕਦੇ ਆ। ਅਤੇ ਬਾਕੀ ਮਿਰਚਾਂ ਮਾਸ਼ਾਅੱਲਾ ਜਿਵੇਂ ਲੱਗਣ ਲੱਗਦੀਆਂ ਵਾ ਫੁੱਲ ਉੱਤੋਂ, ਸਾਰੇ ਚੁੱਕ ਜਾਂਦੇ ਵਾ ਚੂਚੇ। ਸਪੈਸ਼ਲ ਉਹਦਾ ਨਾ ਘਰ ਜਿਹੜਾ ਬਣਿਆ ਨਾ, ਮੇਰੇ ਹਿਸਾਬ ਨਾਲ ਨਾ ਬਹੁਤ ਕਾਮਯਾਬ ਆ। ਜਦੋਂ ਚੂਚਿਆਂ ਨੇ ਮਾਰੀ ਨਾ ਛਾਲ, ਸਾਰਾ ਕੁਝ ਹੀ ਲੈ ਜਾਣਾ। ਅੱਛਾ, ਕੱਪੜਾ ਵੀ ਪਾਉਣਾ ਹਾਲੇ? ਅੱਛਾ ਹਾਂ, ਲੱਕੜੀਆਂ ਰੱਖੀਆਂ ਵਾ। ਉਹ ਪਰੇਸ਼ਾਨ ਹੋ ਗਿਆ ਜਿਹੜਾ ਉੱਥੇ ਟਮਾਟਰਾਂ ਦਾ ਬੂਟਾ ਮਾਸ਼ਾਅੱਲਾ ਭਰਿਆ ਪਿਆ ਸੀ, ਅਸੀਂ ਗੌਰ ਨਹੀਂ ਕੀਤੀ, ਅਤੇ ਉਹਨੂੰ ਨਾ ਸਾਰੇ ਟਮਾਟਰਾਂ ਨੂੰ ਸੁੰਡੀ ਪੈ ਗਈ। ਅੱਜ ਕੱਲ੍ਹ ਮਿਰਚਾਂ ਵੀ ਸੁੰਡੀ ਲੱਗੀ ਹੋਈ ਸੀ ਜਿਹੜੀਆਂ ਲੈ ਕੇ ਉਹਦੇ। ਆਹ ਦੇਖੋ, ਆਹ ਤਿੰਨ ਟਮਾਟਰ ਸੀਗੇ ਮਾਸ਼ਾਅੱਲਾ, ਬਹੁਤ ਹੀ ਪਿਆਰੇ ਸਾਫ ਸਾਫ। ਉਹ ਸਾਈਡ ਤੋਂ ਉਹਨਾਂ ਕੀ ਕੱਟ ਦੇਣਾ ਸੀ ਨਾ? ਨਹੀਂ, ਉਹ ਨਾ ਫਿਰ ਕੱਟ ਕੱਟ ਕੇ ਉਹਨੇ ਸਿੱਟ ਦਿੱਤਾ, ਤਾਂ ਵਾਸਤੇ ਆਹ ਬੂਟੇ ਆਪਣੇ ਟਮਾਟਰਾਂ ਦੇ ਹਿਫਾਜ਼ਤ ਕਰ ਰਿਹਾ ਉਹਨੂੰ। ਅੱਛਾ ਚਲੋ ਸਹੀ ਆ, ਅੱਲਾ ਖੈਰ ਕਰੇ। ਚਾਵਲ ਪੱਕ ਰਹੇ? ਹਾਂਜੀ ਮਾਸ਼ਾਅੱਲਾ, ਦਮ ਤੇ ਰੱਖੇ, ਮੈਂ ਦੇਖਣ ਲੱਗੀ ਆ ਉਹਨਾਂ ਨੂੰ ਪੱਕ ਗਏ ਮੈਨੂੰ ਲੱਗਦਾ। ਵਾਲੇਕਮ ਸਲਾਮ, ਲਓ ਵੀ ਬੱਚੇ ਵੀ ਆ ਗਏ ਫਿਰ ਪੜ ਗਏ। ਹਾਂਜੀ ਮੈਨੂੰ ਲੱਗਾ ਮਾਸ਼ਾਅੱਲਾ ਉਹ ਆ ਗਏ ਮੇਰੇ ਬੇਟੇ। ਹਾਂਜੀ ਪੜ ਕੇ ਆ ਗਏ ਹੋ? ਹਾਂਜੀ। ਸਲਾਮ ਕਰੋ। ਸਲਾਮ। ਚਲੋ ਜੀ ਫਿਰ, ਚਲੋ ਬੱਸੇ ਲਾਓ, ਲਾ ਲਓ ਬੱਸੇ ਮੇਰਾ ਪੁੱਤ। ਸ਼ਾਬਾਸ਼ ਸ਼ਾਬਾਸ਼। ਚਲੋ ਜੀ ਅੱਲਾ ਖੈਰ ਕਰੇ। ਇਧਰੋਂ ਸਾਡੀ ਰੈਸਪੀ ਵੀ ਤਿਆਰ ਹੋ ਚੁੱਕੀ ਆ, ਅਤੇ ਕਿਉਂਕਿ ਅੱਜ 11ਵੀਂ ਸ਼ਰੀਫ ਦਾ ਖਤਮ ਹੈ, ਅਤੇ ਅੱਜ ਖਤਮ ਸ਼ਰੀਫ ਵੀ ਦਿਲਾਉਣਾ ਵਾ, ਅਤੇ ਸਾਡੀ ਰੈਸਪੀ ਵੀ ਤਿਆਰ ਹੋ ਚੁੱਕੀ ਅਤੇ ਬੱਚੇ ਵੀ ਆ ਚੁੱਕੇ ਆ। ਚਾਵਲ ਮਾਸ਼ਾਅੱਲਾ ਬਣ ਚੁੱਕੇ ਆ, ਲੱਗਦਾ ਬੱਚਿਆਂ ਨੇ ਅੱਜ ਲੇਟ ਕਰਤਾ, ਉੱਥੇ ਆਪਣੇ ਕਜ਼ਨਾਂ ਨਾਲ ਖੇਲ ਕੇ ਆਏ ਹੈ ਨਾ। ਹਾਂਜੀ ਹਾਂਜੀ ਮਾਸ਼ਾਅੱਲਾ। ਹਾਂਜੀ ਚਲੋ ਮੇਰਾ ਪੁੱਤ ਪਾਣੀ ਪੀ ਲਓ, ਹੈਂ ਪਾਣੀ ਪੀ ਲਓ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਸੋਹਣੇ ਬਣ ਗਏ। ਚਲੋ ਮੇਰਾ ਬੇਟਾ ਪਾਣੀ ਪੀ ਲਓ, ਸਮਝ ਲਓ ਤੁਸੀਂ ਪਾਣੀ ਪੀ ਲਓ।
ਚਲੋ ਅੱਛਾ ਅੱਲਾ ਖੈਰ ਕਰੇ। ਅਤੇ ਸੂਰਜ ਗਰੂਬ ਹੋ ਰਿਹਾ ਔਰ ਅਲਹਮਦੁਲਿਲਾ ਸ਼ਾਮ ਦਾ ਟਾਈਮ ਹੋ ਰਿਹਾ ਵਾ। ਅਤੇ ਸਭ ਤੋਂ ਪਹਿਲੇ ਹੁਣ ਚਾਵਲ ਤਿਆਰ ਹੋਏ ਵਾ, ਬੱਚੇ ਆਪਣਾ ਕਰਨ ਲੱਗ ਗਏ ਹੁੰਦੇ ਜੀ ਨਾ, ਪਾਣੀ ਸ਼ਾਣੀ ਪੀਣ ਲੱਗ ਗਏ ਵਾ। ਅਤੇ ਕਿਤੇ ਨਵਾਂ ਸ਼ਾਜ਼ੀਆ ਚਾਵਲ ਲਾਈ ਖੜੀ ਆ, ਇਹ ਹੁਣ ਨਾ ਖਤਮ ਸ਼੍ਰੀ ਵਾਸਤੇ ਉੱਧਰ ਨਾ ਫਿਰ ਮੌਲਵੀਆਂ ਵੱਲ ਭੇਜਦੇ। ਠੀਕ ਆ, ਠੀਕ ਆ, ਚਲੋ ਸਹੀ ਹੋ ਗਿਆ। ਮਾਸ਼ਾਅੱਲਾ ਜੀ, ਚਾਵਲ ਤਿਆਰ ਹੋ ਗਏ ਸੀ ਖਤਮ ਸ਼੍ਰੀ ਵਾਸਤੇ ਵੀ, ਮੌਲਵੀਆਂ ਘਰ ਹੀ ਭੇਜਤੇ ਨਾਲ ਦੇ ਮਸਾਇਆ ਘਰ ਵੀ ਦੇ ਕੇ ਆ। ਅਤੇ ਹੁਣ ਮਾਸ਼ਾਅੱਲਾ ਆਪਣੇ ਬੱਚਿਆਂ ਨੂੰ ਦੇਤੇ ਆ, ਬੱਚੇ ਖਾਣ ਲੱਗੇ ਆ ਚਾਵਲ। ਜਦੋਂ ਬੇਟਾ ਖਾਓ ਚਾਵਲ, ਅਤੇ ਆਹ ਹੈਗੇ ਗੁਲਾਮ ਮੁਹੰਮਦ ਦੇ ਚਾਵਲ, ਅਤੇ ਆਹ ਹੈਗੇ ਅਲੀ ਰਜ਼ਾ ਦੇ, ਆਹ ਮੇਰੇ ਚਾਵਲ ਥੋੜ੍ਹੇ। ਅਤੇ ਅਸੀਂ ਸਾਹਿਬਜ਼ਾਦੇ 'ਚ ਬੈਠ ਕੇ ਮਿਲ ਕੇ ਖਾਵਾਂਗੇ, ਅਲੀ ਰਜ਼ਾ ਕੈਮਰਾਮੈਨ ਹੀ ਕਰ ਰਿਹਾ। ਅਤੇ ਅਸੀਂ ਚਾਵਲ ਖਾਂਦੇ ਆ, ਅਤੇ ਨਾਲ ਹੀ ਮਾਸ਼ਾਅੱਲਾ ਬਹੁਤ ਹੀ ਪਿਆਰੇ ਚਾਵਲ ਬਣੇ ਆ, ਸਲੂਕ ਜੋ ਕਿ ਬਹੁਤ ਪਿਆਰੀ ਆ ਰਹੀ ਸੀ। ਹੁਣ ਮੈਂ ਟੇਸਟ ਕਰਕੇ ਦੱਸਦੀ, ਹੈ ਸਮੇਂ ਵਾਲਾ ਮਜ਼ੇ ਦੇ ਬਣੇ ਬੇਟਾ, ਗੁੜ ਬਣੇ। ਮਾਸ਼ਾਅੱਲਾ ਜੀ, 11ਵੇਂ ਸ਼ਰੀਫ ਸੀ ਤੇ ਮਸਾਇਆ ਕਰੋ, ਖੀਰ ਵੀ ਆ ਗਈ ਆ। ਅਤੇ ਗੁਲਾਮ ਮੁਹੰਮਦ, ਤੁਸੀਂ ਖਾਣੀ ਖੀਰ ਅਤੇ ਚਾਵਲ ਖਾਣੇ? ਚਾਵਲ ਖਾ ਲਏ, ਹੋਰ ਲੈਣੇ ਬੇਟੇ ਨੇ? ਮੈਂ ਆਪਣੇ ਕੋਲ ਦਵਾਂ। ਮਾਸ਼ਾਅੱਲਾ ਚਾਵਲ ਬਹੁਤ ਹੀ ਗੁਲਾਮ ਮੁਹੰਮਦ ਪਸੰਦ ਆਏ, ਹੈ ਨਾ। ਜਿੱਦਾਂ ਮੰਮੋ ਜੀ ਤੁਸੀਂ ਨਾ ਚਾਵਲ ਬਹੁਤ ਹੀ ਮੱਛੇ ਦਾਲ ਪਕਾਏ, ਹੈ ਨਾ। ਹਾਂਜੀ, ਨਹੀਂ ਕਹਿਣਾ? ਹਾਂਜੀ, ਹੋਲੀ ਤੈਨੂੰ ਕਿਹਾ। ਮਾਸ਼ਾਅੱਲਾ ਜੀ, ਅਤੇ ਚਾਵਲ ਵਗੈਰਾ ਅਸੀਂ ਖਾ ਲਏ ਸੀ ਸਭ ਨੇ, ਬੱਚਿਆਂ ਨੇ ਵੀ, ਮੈਂ ਵੀ ਖਾ ਲਿਆ। ਅਲੀ ਰਜ਼ਾ ਦੇ ਪਾਪਾ ਨੇ ਨਹੀਂ ਖਾਏ ਚਾਵਲ, ਅਤੇ ਉਹਨਾਂ ਵਾਸਤੇ ਬਣਾ ਕੇ ਲਿਆ ਕਿ ਰੋਟੀ। ਮਾਸ਼ਾਅੱਲਾ ਮਸਾਇਆ ਘਰ ਤਾਂ ਵੀ ਅਤੇ ਰੋਟੀ ਬਣਾਈ ਆ, ਅਤੇ ਨਾਲ ਸਾਲਣ ਸੀਗਾ ਪਿਆ ਕੱਦੂ ਦਾਲ ਦਾ, ਅਤੇ ਉਹ ਕੱਦੂ ਦਾਲ ਗਰਮ ਕਰਕੇ ਮੈਂ ਅਲੀ ਰਜ਼ਾ ਦੇ ਪਾਪਾ ਨੂੰ ਦੇ ਦਿਓ। ਇਹ ਨਾ ਦੁਪਹਿਰ ਟਾਈਮ ਬਣਾਇਆ ਸੀ, ਅਤੇ ਕੱਦੂ ਸਬਜ਼ੀ ਬੜੀ ਮਹਿੰਗੀ ਆ, ਅਤੇ ਸਬਜ਼ੀ ਵਾਲਾ ਭਾਈ ਨਾ ਅੱਜ ਹੀ ਆਇਆ ਸੀ, ਅਤੇ ਬਸ ਫਿਰ ਨਾ ਤਕਰੀਬਨ 200 ਰੁਪਏ ਕਿਲੋ ਦੇ ਰਿਹਾ ਸੀ ਕੱਦੂ। ਅਤੇ ਮੈਂ 2 ਕੱਦੂ ਲਏ ਉਹਦੇ ਕੋਲ, ਲੈ ਕੇ ਫਿਰ ਬਣਾਏ ਵਿੱਚ ਥੋੜ੍ਹੀ ਜਿਹੀ ਦਾਲ ਐਡ ਕੀਤੀ ਸੀ। ਮੈਂ ਕਿਹਾ ਬੱਚਿਆਂ ਨੇ ਵੀ ਖਾਣਾ ਵਗੈਰਾ ਤਾਂ ਖਾਣਾ ਹੀ ਹੁੰਦਾ, ਸਾਰੀ ਗੱਲ ਆ, ਅਤੇ ਬੱਚਿਆਂ ਨੇ ਵੀ ਰੋਟੀ ਖਾਣੀ ਹੁੰਦੀ, ਤਾਂ ਅਸੀਂ ਖਾਣੇ ਤੋਂ ਬਗੈਰ ਤਾਂ ਖਾਣਾ ਅੱਛਾ ਨਹੀਂ ਲੱਗਦਾ। ਅਤੇ ਮਾਸ਼ਾਅੱਲਾ ਬੱਚੇ ਪੜ੍ਹ ਰਹੇ ਆ, ਅਲੀ ਦਾ ਬੇਟਾ ਦਿਖਾਓ ਗੁਲਾਮ ਮੁਹੰਮਦ, ਕਿਆ ਖਾ ਰਹੇ ਹੋ ਬੇਟਾ? ਕਲਰ ਕਰ ਰਹੇ ਆ ਗੁਲਾਮ ਮੁਹੰਮਦ ਅਤੇ ਸਮੀਉੱਲਾ ਪੜ੍ਹ ਰਹੇ ਆ ਮਾਸ਼ਾਅੱਲਾ। ਅਤੇ ਮੈਂ ਜਦੋਂ ਵੀ ਖਾਣਾ ਗਰਮ ਕਰਕੇ ਤਾਂ ਅਲੀ ਦੇ ਪਾਪਾ ਨੂੰ ਦੇ ਦਿੰਦੀ ਰੋਟੀ। ਮਾਸ਼ਾਅੱਲਾ ਬਣਾ ਕੇ ਲਿਆ ਕੇ ਮੈਂ ਰੱਖ ਦਿੱਤੀ ਹਾਟ ਪਾਟ, ਅਤੇ ਰੋਟੀ ਗਰਮ ਗਰਮ ਹੀ ਹੋਈ, ਮਸਾਲਾ ਗਰਮ ਗਰਮ ਹੀ ਜ਼ਰੂਰ ਸੀਗੀ। ਕਿਉਂਕਿ ਮੌਸਮ ਵੀ ਕਾਫੀ ਅਪਸੈਟ ਜਿਹਾ ਰਹਿੰਦਾ ਵਾ, ਵੀ ਮੌਸਮ ਉਹਦਾ ਠੀਕ ਨਹੀਂ ਹੈਗਾ, ਬੱਦਲ ਹੋ ਰਹੇ ਸੀ, ਸੁਬਾਹ ਟਾਈਮ ਵੀ ਬਾਰਿਸ਼ ਹੋਈ ਆਈ ਹਲਕੀ ਹਲਕੀ, ਅਤੇ ਤਕਰੀਬਨ ਕਾਫੀ ਪਾਣੀ ਜਮ੍ਹਾਂ ਹੋ ਗਿਆ ਸੀ ਵੈਸੇ ਹਲਕਾ ਜਿਹਾ। ਅਤੇ ਕਣਕ ਵਾਸਤੇ ਵੀ ਨੁਕਸਾਨ ਆ ਬਸ ਅੱਲਾ ਤਾਲਾ ਦਾ, ਅੱਲਾ ਤਾਲਾ ਦੀ ਮਰਜ਼ੀ, ਅੱਲਾ ਤਾਲਾ ਜੀ ਸਾਜ ਰੱਖੇ, ਬਸ ਖੁਸ਼ ਰਹਿਣਾ ਚਾਹੀਦਾ। ਪਿਛਲੇ ਟਾਈਮ ਜਾ ਕੇ ਮੌਸਮ ਸੈੱਟ ਹੋਇਆ, ਅਤੇ ਇਸ ਲਈ ਫਿਰ ਨਾ ਬਾਲਣ ਵਗੈਰਾ ਨਹੀਂ ਲਿਆਈ ਤਾਂ ਹੁਣ ਹਲੇ ਸਿਲੰਡਰ ਹੀ ਫਿਰ ਨਾਲ ਇਸਤੇਮਾਲ ਕਰੀ ਚਾਹੀਦਾ। ਹਲੇ ਵੀ ਕਹਿੰਦੇ ਆ 20-21 ਤਰੀਕ ਤੱਕ ਨਾ ਬਾਰਿਸ਼ਾਂ ਹੀ ਆ, ਦੱਸਿਆ ਹੁਣ ਦੇਖੋ ਅੱਲਾ ਤਾਲਾ ਆਪਣਾ ਕਰਮ ਕਰੇ। ਮਾਸ਼ਾਅੱਲਾ ਜੀ, ਖਾਣਾ ਹੋ ਗਿਆ ਅਲੀ ਰਜ਼ਾ ਦੇ ਪਾਪਾ ਦਾ ਤਿਆਰ, ਮੈਂ ਅਲੀ ਰਜ਼ਾ ਦੇ ਪਾਪਾ ਦੇ ਦਿੰਦੀ ਹਾਂ ਖਾਣਾ। ਮਾਸ਼ਾਅੱਲਾ ਜੀ, ਸਾਲਨ ਗਰਮ ਕਰਕੇ ਲਿਆ ਕੇ ਦਿੱਤਾ ਅਲੀ ਰਜ਼ਾ ਦੇ ਪਾਪਾ ਨੂੰ, ਗਰਮ ਗਰਮ ਖਾਣਾ, ਕਿਉਂਕਿ ਰੋਟੀ ਵੀ ਗਰਮ ਗਰਮ ਅਤੇ ਸਾਲਨ ਵੀ ਗਰਮ ਗਰਮ। ਅੱਜ ਜਿਸ ਜਿਸ ਭੈਣ ਭਾਈ ਨੇ ਖਾਣਾ ਅਤੇ ਮੋਸਟ ਵੈਲਕਮ, ਮੈਂ ਖਾ ਲਵਾਂ ਖਾਣਾ ਕਿਉਂਕਿ ਇਹਨਾਂ ਨੇ ਤਾਂ ਚਾਵਲ ਖਾਣੇ। ਹਾਂਜੀ, ਅਸੀਂ ਚਾਵਲ ਖਾ ਲਏ ਸਭ ਤੋਂ ਪਹਿਲਾਂ,
ਚਲੋ ਠੀਕ ਆ ਬੇਟਾ, ਪੜ੍ਹ ਕੇ ਆਉਣਾ ਜੀ। ਮੈਂ ਜਾ ਕੇ ਵੀਡੀਓ ਸਾਰੀ ਅਸੀਂ ਆਪਣੇ ਭੈਣ ਭਰਾਵਾਂ ਨਾਲ ਸ਼ੇਅਰ ਕੀਤੀ। ਅਗਰ ਮੇਰੇ ਭੈਣ ਭਰਾਵਾਂ ਤੁਹਾਡੀ ਵੀਡੀਓ
ਸੰਦ ਆ ਗਿਆ ਤੇ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਕਮੈਂਟ ਦੀ ਲਾਜ਼ਮੀ ਦੱਸਿਓ ਸਾਨੂੰ ਦੇ ਜ਼ਿਆਦਾ। ਅੱਲਾਹ ਹਾਫਿਜ਼, ਅੱਲਾਹ ਹਾਫਿਜ਼, ਅੱਲਾਹ ਹਾਫਿਜ਼।